आओ सखी हर मेल करेहा मेरे प्रीतम का मैं दे सुनेहा आए मिल गुर सिख आए मिल तू मेरे गुरु के प्यारे। गुरु के प्यारे सात संगत जीओ अपने प्रीतम दा तन तन सतगुरु श्री गुरु ग्रंथ साहिब महाराज जी दे घर दा चरणा दा सेवादार होण दे नाते दास किरणदीप सिंह खालसा मुख सेवादार बाला प्रीतम सिटी सर्कल समागमां दे लई आप जी सारिआं नूं सद्दा देण दे लई अज जदों आया सब तों पहला फतेह अर्ज करदा फतेह प्रवान करनी जी वाहिगुरु जी का खालसा वाहिगुरु जी की फतेह। सतगुरु सच्चे पातशाह जी ने बहुत अपार बख्शिश कृपा की जो कि बड़ी वड्डी गिनती दे विच हजारां दी गिनती दे विच बच्चे पिछले 6 महीनियां दे विच जो 2 मुकाबले अकाल पुरख वाहिगुरु जी ने मेहरां करके बख्शिशां करके सेवा लई बाला प्रीतम स्टडी सर्कल दी सारी टीम तों ते पिछले 2 मुकाबलियां दे दौरान नवंबर दे विच धन गुरु तेग बहादुर साहिब महाराज जी दी गुरबाणी दे कंठ मुकाबले करवाए गए जिस विच बच्चियां ने सतगुरु जी दे 59 शब्द ते संपूर्ण सलोक कंठ किते ते उस तों उपरंत जो फरवरी दे विच देश विदेश दे विच आओ नितनेम कंठ करिए लहर चलाएगी जिस लहर दे तहत सैकड़े ही बच्चियां ने जो सतगुरु सच्चे पातशाह जी दी नितनेम दी बाणी नूं रोज अभ्यास किया महीनिया बदी अभ्यास करके अपने हिरदे दे विच वसाया ते कंठ किया। सो आप सारे जानते हो 311 बच्चे जो देश विदेश दे विचों इनाम वंड समागम दे लई सिलेक्ट होए ने जिन्हां विचों 13 बच्चियां नूं सतगुरु सच्चे पातशाह जी दी जो कीर्तन दी दात है जिस दात बारे सतगुरु प्रमाण करदे ने कलयुग में कीर्तन प्रधाना गुरमुख जपिया लाए ध्याना ते ओह कीर्तन दी दात जो जिहड़े साजां दे नाल कीर्तन कीता जांदा है ओह कीर्तनी साज हारमोनीयम अते तबला ਉਹ ਜੋ 13 ਸਾਜ 13 ਬੱਚਿਆਂ ਨੂੰ ਇਨਾਮ ਵੰਡੇ ਸਮਾਗਮ ਤੇ ਦਿੱਤੇ ਜਾਣਗੇ ਉਪਰੰਤ ਅਨੇਕਾਂ ਹੀ ਬੱਚਿਆਂ ਨੂੰ ਜੋ ਨਕਦ ਇਨਾਮ ਜਿਹਦੇ ਵਿੱਚ 5100 3100 2100 ਤੇ ਵੱਖ ਵੱਖ ਰਾਸ਼ੀਆਂ ਦੇ ਜੋ ਨਕਦ ਇਨਾਮ ਨੇ ਹੋਰ ਬੇਅੰਤ ਵਿਸ਼ੇਸ਼ ਇਨਾਮ ਨੇ ਜੋ ਕਿ ਇਨਾਮ ਵੰਡੇ ਸਮਾਗਮ ਤੇ ਦਿੱਤੇ ਜਾਣਗੇ। ਸੋ ਉਸ ਇਨਾਮ ਵੰਡੇ ਸਮਾਗਮ ਦੇ ਲਈ ਦਾਸ ਆਪ ਸਾਰਿਆਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬਾਲਾ ਪ੍ਰੀਤਮ ਸਟੱਡੀ ਸਰਕਲ ਦੀ ਸਮੁੱਚੀ ਟੀਮ ਵੱਲੋਂ ਸੱਦਾ ਦਿੰਦਾ ਹੈ ਤੇ ਜੋ ਸਮਾਗਮ ਨੇ ਉਹ ਗੁਰਦੁਆਰਾ ਸਿੰਘ ਸਭਾ ਮਾਡਲ ਹਾਊਸ ਲੁਧਿਆਣਾ ਵਿਖੇ ਹੋਣਗੇ 29 ਤਰੀਕ ਸ਼ਾਮ 29 ਅਪ੍ਰੈਲ ਦਿਨ ਸ਼ਨੀਵਾਰ ਸ਼ਾਮ 6 ਵਜੇ ਤੋਂ 9:30 ਵਜੇ ਤੱਕ ਜੋ ਗੁਰਦੁਆਰਾ ਸਿੰਘ ਸਭਾ ਮਾਡਲ ਹਾਊਸ ਲੁਧਿਆਣਾ ਵਿਖੇ ਵਿਸ਼ੇਸ਼ ਆਤਮਰਸ ਕੀਰਤਨ ਦਰਬਾਰ ਹੋਣਗੇ ਜਿਸ ਵਿੱਚ ਬੱਚੇ ਅਤੇ ਹੋਰ ਵਿਦਵਾਨ ਆਪ ਸੰਗਤ ਨੂੰ ਇਲਾਹੀ ਗੁਰਬਾਣੀ ਦੇ ਕੀਰਤਨ ਸ਼ਰਵਣ ਕਰਾਣਗੇ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਣਗੇ। 30 ਤਰੀਕ 30 ਅਪ੍ਰੈਲ 2023 ਦਿਨ ਐਤਵਾਰ ਸਵੇਰੇ 6 ਵਜੇ 5 ਪਿਆਰਿਆਂ ਦੀ ਅਗਵਾਈ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਆਰੰਭ ਹੋਣਗੇ ਜਿਸ ਵਿੱਚ ਖਾਲਸਾਈ ਬਾਣੀਆਂ ਦੇ ਵਿੱਚ ਸੱਜ ਕੇ ਆਪ ਸੰਗਤਾਂ ਤੇ ਆਪ ਬੱਚਿਆਂ ਨੂੰ ਪਹੁੰਚਣ ਦੇ ਲਈ ਦਾਸ ਬੇਨਤੀ ਕਰਦਾ ਹੈ। ਖਾਲਸਾਈ ਬਾਣੀਆਂ ਦੇ ਵਿੱਚ ਸੱਜ ਕੇ ਬੱਚੇ ਉਸ ਨਗਰ ਕੀਰਤਨ ਦੀ ਰੌਣਕ ਨੂੰ ਵਧਾਣਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸਮੇਸ਼ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ। ਸਤਿਗੁਰੂ ਉਹਨਾਂ ਬੱਚਿਆਂ ਦੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਦੇਖਣਗੇ। ਸੋ ਇਹ ਦਾਸ ਦੀ ਅਪੀਲ ਹੈ ਆਪ ਸਾਰੀ ਸੰਗਤ ਨੂੰ ਕਿ 30 ਅਪ੍ਰੈਲ ਵਾਲੇ ਨਗਰ ਕੀਰਤਨ ਦੇ ਵਿੱਚ ਤੇ ਮੁੜ ਕੇ ਜੋ ਵਿਸ਼ੇਸ਼ ਇਨਾਮ ਵੰਡ ਸਮਾਗਮ ਨੇ ਉਸ ਵਿੱਚ ਆਪ ਜੀ ਨੇ ਕੇਸਰੀ ਦਸਤਾਰਾਂ, ਕੇਸਰੀ ਪੱਗਾਂ, ਕੇਸਰੀ ਦੁਮਾਲਿਆਂ ਦੇ ਵਿੱਚ ਸੱਜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਜੋ ਉੱਥੇ ਜੋ ਕੇਵਲ ਇੱਕ ਰੰਗ ਸਾਰੇ ਪਾਸੇ ਜੋ ਕੇਸਰੀ ਰੰਗ ਨਜ਼ਰ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦਾ ਤੇ ਸਾਡੀ ਸੁਰਮਤਾਈ ਦਾ, ਸਾਡੇ ਨਿਸ਼ਾਨ ਸਾਹਿਬ ਦਾ ਜੋ ਰੰਗ ਹੈ ਤੇ ਜੋ ਰੰਗ ਸਾਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਸਾਨੂੰ ਬਾਰ ਬਾਰ ਸਾਡੀ ਬਹਾਦਰੀ ਦੇ ਕਿੱਸੇ ਯਾਦ ਕਰਾਉਂਦਾ ਹੈ। ਸੋ ਗੁਰੂ ਪਿਆਰਿਓ ਇਹ ਬੇਨਤੀ ਹੈ ਜੋ 30 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 6 ਵਜੇ ਤੋਂ 8 ਵਜੇ ਤੱਕ ਨਗਰ ਕੀਰਤਨ ਹੋਣਗੇ, ਉਪਰੰਤ 8 ਵਜੇ ਤੋਂ ਜੋ ਵਿਸ਼ੇਸ਼ ਇਨਾਮ ਵੰਡ ਸਮਾਗਮ ਗੁਰਦੁਆਰਾ ਸਿੰਘ ਸਭਾ ਮਾਡਲ ਹਾਊਸ ਲੁਧਿਆਣਾ ਵਿਖੇ ਆਰੰਭ ਕੀਤੇ ਜਾਣਗੇ ਜੋ ਬਾਅਦ ਦੁਪਹਿਰ ਤੱਕ ਚੱਲਣਗੇ। ਸੋ ਗੁਰੂ ਪਿਆਰਿਓ ਆਪ ਸਾਰੀ ਸੰਗਤ ਨੂੰ ਇਹਨਾਂ ਸਮਾਗਮਾਂ ਦੇ ਵਿੱਚ ਵਹੀਰਾਂ ਘੱਤ ਕੇ ਪਰਿਵਾਰਾਂ ਸਮੇਤ
ਪੁੱਜਣ ਦਾ ਸੱਦਾ ਹੈ। ਆਪ ਜੀ ਨੇ ਪਰਿਵਾਰਾਂ ਸਮੇਤ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਰੌਣਕਾਂ ਵਧਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਕਰੋ ਫਤਿਹ ਪ੍ਰਵਾਨ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।